ਚੰਗਾ ਬੋਲਿਆ ਕੁੜੀ ਨੇ ਇੱਕ ਨਾ ਅੱਜ ਕੱਲ ਉਹ ਫੇਮਸ ਆ ਕੇ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਕੰਨ ਤੇ ਫੋਟੋ ਟੰਗੀ ਹੋਵੇ ਹੁੰਦੀ ਆ ਨਾ ਮਤਲਬ ਉਹ ਚੀਜ਼ ਇਹ ਗਲਤ ਹੈ ਮਤਲਬ ਉਹ ਚੀਜ਼ ਆਪਾਂ ਇਹ ਕਿਉਂ ਨਹੀਂ ਸੋਚਦੇ ਵੀ ਮਾਂ ਮੇ ਭਾਬੀ ਆਉਣ ਤੋਂ ਪਹਿਲਾਂ ਤੇਰੀ ਫੋਟੋ ਕੰਨ ਤੇ ਟੰਗੀ ਹੋਵੇ ਕਦੇ ਅਸੀਂ ਇਹ ਚੀਜ਼ ਸੋਚਦੇ ਆ ਨਹੀਂ ਸੋਚਦੇ ਨਾ ਮਤਲਬ ਬੜਾ ਪਿਆਰਾ ਜਿਹਾ ਰਿਸ਼ਤਾ ਹੁੰਦਾ ਨੋਕ ਚੋਕ ਵੀ ਹੁੰਦੀ ਆ ਇਹਦੇ ਵਿੱਚ ਹਨਾ ਤੇ ਅੱਛਾ ਰਿਸ਼ਤਾ ਹੁੰਦਾ ਇਹ ਸੱਸ ਨਾਲ ਵੀ ਹਨਾ ਉਹ ਇੰਜੋਏ ਬਣਿਆ ਰਹਿੰਦਾ ਘਰੇ ਨੋਕ ਚੋਕ ਜੀ ਥੋੜੀ ਥੋੜੀ ਹਨਾ ਚਲੋ ਜੀ ਹਾਂਜੀ ਨੈਕਸਟ ਲੜਕੀ ਹੈ ਬਸ਼ਮੀਤ ਕੌਰ ਬਸਮੀਤ ਕੌਰ ਜਗ ਨੂੰ ਰੋਸ਼ਨ ਕਿਆ ਬਾਤ ਬਿਨ ਬੱਤੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਬਸ਼ਮੀਤ ਕੌਰ ਹੈ ਅਤੇ ਮੈਂ ਜਿਹਨਾਂ ਨਾਲ ਵਿਆਹੀ ਹਾਂ ਉਹਨਾਂ ਦਾ ਨਾਂ ਸਰਦਾਰ ਹਰਪ੍ਰੀਤ ਸਿੰਘ ਹੈ ਅਤੇ ਜਿਹਨਾਂ ਦੀ ਜਾਈ ਹਾਂ ਅਤੇ ਉਹਨਾਂ ਦਾ ਨਾਂ ਸਰਦਾਰ ਨਰਿੰਦਰਪਾਲ ਸਿੰਘ ਹੈ ਕਹਿੰਦੇ ਨੇ ਜਿਹਨਾਂ ਘਰ ਪੁੱਤ ਹੁੰਦੇ ਨੇ ਉਹ ਕਿਸਮਤ ਵਾਲੇ ਹੁੰਦੇ ਨੇ ਜਿਹਨਾਂ ਘਰ ਪੁੱਤ ਹੁੰਦੇ ਨੇ ਉਹ ਕਿਸਮਤ ਵਾਲੇ ਹੁੰਦੇ ਨੇ ਅਤੇ ਜਿਹਨਾਂ ਘਰ ਧੀਆਂ ਹੁੰਦੀਆਂ ਨੇ ਉਹ ਖੁਸ਼ਕਿਸਮਤ ਵਾਲੇ ਹੁੰਦੇ ਨੇ ਹਾਂਜੀ ਜੇ ਅੱਜ ਮੈਂ ਕਿਸਮਤ ਵਾਲੀ ਹਾਂ ਕਿ ਕਿਸੇ ਦੀ ਧੀ ਹਾਂ ਅਤੇ ਇੱਥੇ ਖੜ੍ਹੀ ਹਾਂ ਨਾਲ ਹੀ ਮੈਂ ਖੁਸ਼ਕਿਸਮਤ ਵੀ ਹਾਂ ਕਿ ਮੈਂ 10 ਮਹੀਨੇ ਦੀ ਛੋਟੀ ਜਿਹੀ ਬੱਚੀ ਦੀ ਮਾਂ ਹਾਂ ਅਤੇ ਅੱਜ ਮੈਂ ਇਕੱਲੀ ਕਿਸੇ ਧੀ ਬਣ ਕੇ ਇੱਥੇ ਨਹੀਂ ਖੜ੍ਹੀ ਹਾਂ ਬਲਕਿ ਇੱਕ ਮਾਂ ਬਣ ਕੇ ਵੀ ਇੱਥੇ ਖੜ੍ਹੀ ਹਾਂ ਔਰ ਮੈਂ ਤਹਿ ਦਿਲੋਂ ਇਸ ਪਲੇਟਫਾਰਮ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਉਹਨੇ ਮੈਨੂੰ ਸੁਪਨਾ ਪੂਰਾ ਕਰਨ ਦਾ ਇੱਕ ਨਵਾਂ ਮੌਕਾ ਦਿੱਤਾ ਵਿਆਹ ਤੋਂ ਪਹਿਲਾਂ ਬਹੁਤ ਸਾਰੇ ਸਟੇਜ ਸ਼ੇਅਰ ਕੀਤੇ ਨੇ ਪਰ ਅੱਜ ਇਸ ਸਟੇਜ ਦੀ ਇੱਕ ਵੱਖਰੀ ਹੀ ਸ਼ਾਨ ਲੱਗ ਰਹੀ ਹੈ ਸੋ ਫੋਰ ਦਿਸ ਆਈ ਵਾਂਟ ਟੂ ਥੈਂਕ ਮਾਈ ਫੈਮਿਲੀ ਐਂਡ ਮਾਈ ਹਸਬੈਂਡ ਫਸਟ ਆਫ ਆਲ ਸੋ ਆਈ ਵੁੱਡ ਵਿਸ਼ ਕਿ ਮੈਂ ਆਪਣੀ ਕਲਾ ਨਾਲ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰ ਸਕਾਂ ਥੈਂਕ ਯੂ ਸਤਿ ਸ਼੍ਰੀ ਅਕਾਲ ਬਸ਼ਮੀਤ ਤੁਹਾਡਾ ਨਾਮ ਜਾਣ ਕੇ ਮੈਨੂੰ ਨਾਮ ਬਹੁਤ ਤੁਹਾਡਾ ਸੋਹਣਾ ਲੱਗਿਆ ਮੈਂ ਇਹਦਾ ਮੀਨਿੰਗ ਜਾਣਨਾ ਚਾਹੁੰਦਾ ਬਸ਼ਮੀਤ ਕੌਰ ਦਾ ਮਤਲਬ ਕੀ ਹੈ ਮੀਨਿੰਗ ਕੀ ਹੈ ਬਸ਼ਮੀਤ ਗੁਰਬਾਣੀ ਵਿੱਚ ਨਾਮ ਗੁਰਬਾਣੀ ਚ ਵਰਡ ਆਉਂਦਾ ਹੈ ਮੀਤ ਤੇ ਉਹਦੇ ਨਾਲ ਬਸ਼ ਲਗਾ ਕੇ ਉਹਦਾ ਪੂਰਾ ਮਤਲਬ ਬਣਦਾ ਹੈ ਕੋਸ਼ਿਸ਼ ਕਰਨ ਦੀ ਇੱਕ ਮੀਤ ਮਾਈ ਬੇਟੀ ਕੋ ਯੇ ਵੀ ਯਾਦ ਆਪ ਤੋ ਆਜ ਆਜ ਕਲ ਕੇ ਦੌਰ ਮੇ
हमारी बेटी को ये भी आना चाहिए, हमारी बेटी को ये भी आना चाहिए. हम बच्चों को ना बहुत ज़्यादा वो कर देते हैं कि नहीं बेटा आपने यहाँ पे भी जाना है, आपने यहाँ. बट बेसिकली मैं सोचना चाहती हूँ कि एक वो अच्छी इंसान बने ताकि वो कुछ कर सके. उसका ड्रीम है IAS ऑफिसर बनना, तो बेसिकली उसको उसी लाइन में लेके जा रही हूँ मैं. एंड सेकेंड शी इज़ वेरी स्मॉल, तो वो तो बड़ी चुलबुली सी है. So you're going to be a supportive mother, yeah, always. Always, always. Okay, ma'am. That's great. Thank you. हाँ जी, सड़ी next लड़की है प्रभजोत कौर. Between confidence and overconfidence.
ਜੇ ਮੈਂ ਕਹਾਂ ਕਿ ਮੈਂ ਇਹ ਚੀਜ਼ ਕਰ ਲਵਾਂਗੀ, ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ, ਉਹ ਹੋਏਗਾ ਮੇਰਾ ਕੰਫੀਡੈਂਸ। ਜੇ ਮੈਂ ਕਹਾਂ ਕਿ ਇਹ ਮੈਂ ਹੀ ਕਰ ਸਕਦੀ ਹਾਂ, ਹੋਰ ਕੋਈ ਕਰ ਹੀ ਨਹੀਂ ਸਕਦਾ, ਫਿਰ ਇਹ ਮੇਰਾ ਹੋਰ। ਸੋ ਵਟ ਯੂ ਥਿੰਕ ਕਿ ਆਪ ਕਿਸ ਚੀਜ਼ ਕੋ ਜ਼ਿਆਦਾ ਪ੍ਰੈਫਰੈਂਸ ਦੋਗੇ? ਮੈਮ ਆਪਣੇ ਲਈ ਜੀ, ਬੀਇੰਗ ਅ ਟੀਚਰ, ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਸਿਖਾਉਂਦੀ ਹਾਂ ਅਤੇ ਮੈਂ ਖੁਦ ਵੀ ਇਹ ਚੀਜ਼ ਸਿੱਖਦੀ ਆਈ ਹਾਂ ਹਮੇਸ਼ਾ, ਕਿ ਜੇ ਤੁਸੀਂ ਕੋਨਫੀਡੈਂਸ ਨਾਲ ਕੋਈ ਕੰਮ ਕਰੋਗੇ ਤਾਂ ਜ਼ਰੂਰ ਹੋ ਜਾਏਗਾ, ਅਤੇ ਜੇ ਤੁਸੀਂ ਓਵਰ ਕੋਨਫੀਡੈਂਸ ਚੱਕ ਕੇ ਕਰੋਗੇ ਤਾਂ ਤੁਸੀਂ ਓਵਰ ਕੋਨਫੀਡੈਂਸ ਜੋਗੇ ਹੀ ਰਹਿ ਜਾਓਗੇ, ਕੰਮ ਤਾਂ ਪਿੱਛੇ ਹੀ ਰਹਿ ਜਾਣਾ। ਨਾਈਸ, ਵੈਲ ਸੈਡ। ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਮੈਂ ਪੁੱਛਣਾ ਚਾਹੁੰਦੀ, ਤੁਸੀਂ ਰੱਬ ਤੇ ਯਕੀਨ ਕਰਦੇ ਹੋ? ਬਹੁਤ ਜ਼ਿਆਦਾ ਮੈਮ, ਬਹੁਤ ਜ਼ਿਆਦਾ। ਹਾਂਜੀ, ਮੈਂ ਤਾਂ ਹੀ ਤੁਹਾਨੂੰ ਪੁੱਛਿਆ, ਤੁਹਾਨੂੰ ਮੈਂ ਆਲਰੇਡੀ ਪੜ੍ਹਿਆ ਸੀਗਾ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜੇ ਇੱਕ ਦਿਨ ਲਈ ਤੁਹਾਨੂੰ ਮਤਲਬ ਰੱਬ ਮਿਲ ਜਾਏ, ਉਹ ਤੁਹਾਨੂੰ ਕਹਿਣ ਕਿ ਤੁਹਾਡੀ ਕੋਈ ਵੀ ਇੱਕ ਵਿਸ਼ ਮੈਂ ਪੂਰੀ ਕਰੂੰਗਾ, ਅਤੇ ਉਹ ਤੁਹਾਡੇ ਅਕੋਰਡਿੰਗ ਕਿਹੜੀ ਵਿਸ਼ ਹੋਏਗੀ ਤੁਸੀਂ ਚਾਹੋਗੇ ਕਿ ਰੱਬ ਤੁਹਾਡੀ ਪੂਰੀ ਕਰੇ? ਸਿਰਫ ਇੱਕ ਮੈਮ, ਮੈਂ ਰੱਬ ਤੋਂ ਇਹੀ ਇੱਕ ਚੀਜ਼ ਮੰਗਾਂਗੀ, ਕਿਉਂਕਿ ਮੈਂ ਪਿਛਲੇ 22 ਸਾਲਾਂ ਤੋਂ ਦੇਖਦੀ ਆ ਰਹੀ ਹਾਂ ਕਿ ਮੇਰੀ ਛੋਟੀ ਭੈਣ ਨੂੰ ਥੋੜ੍ਹੀ ਪ੍ਰੋਬਲਮ ਹੈ ਫਿਜ਼ੀਕਲੀ, ਮਤਲਬ ਨੋਟ ਫਿਜ਼ੀਕਲੀ ਐਕਚੁਲੀ, ਸ਼ੀਜ਼ ਅ ਥੈਲੇਸੀਮੀਆਟਿਕ। ਤਾਂ ਮੈਂ ਰੱਬ ਨੂੰ ਇਹੀ ਕਹਾਂਗੀ, ਦੁੱਖ ਦੇਣੇ ਨਾ ਬੰਦਾ ਲੜ ਲੈਂਦਾ ਦੁੱਖਾਂ ਨਾਲ, ਪਰ ਬਿਮਾਰੀ ਕਿਸੇ ਨੂੰ ਨਾ ਦੇਵੇ, ਉਹ ਵੀ ਜਿਹੜੀ ਲਾਇਲਾਜ ਹੋਵੇ, ਬਸ ਇਹੀ ਇੱਕ ਚੀਜ਼, ਹੋਰ ਕੁਛ ਨਹੀਂ। ਥੈਂਕ ਯੂ, ਥੈਂਕ ਯੂ। ਹਾਂਜੀ, ਬਹੁਤ ਸੋਹਣੇ ਜਵਾਬ ਦਿੱਤੇ ਨੇ ਕੁੜੀ ਨੇ। ਤੇ ਨੈਕਸਟ ਲੜਕੀ ਹੈ ਮੰਜੂ। ਸਾਰੇ ਜੱਜਿਸ ਨੂੰ ਮੇਰਾ ਪਿਆਰ ਬੜਾ ਸਤਿਕਾਰ। Myself, Mrs. Manju Mahindru. I am a housewife. I belong to Ludhiana. And mera ek 4 saal ka chhota sa beta hai. And mera hometown jo hai wo Amritsar hai. And filhal to hum Ludhiana mein shift hue hain. And I am living with my in-laws. Meri nuclear family hai. Ek lok geet te ek normal geet ch ki difference hunda hai? ਨੋਰਮਲ ਗੀਤ ਜੋ ਉਹ ਹੈ ਜਿਹਨੂੰ ਅਸੀਂ ਸੁਣਦੇ ਹਾਂ ਅਤੇ ਚਲੋ ਠੀਕ ਹੈ, ਉਹਨੂੰ ਅਸੀਂ ਦੁਬਾਰਾ ਰਿਪੀਟ ਨਹੀਂ ਕਰਦੇ, ਠੀਕ ਹੈ। ਲੋਕ ਗੀਤ ਹੈ ਜੋ ਸਦੀਆਂ ਤੋਂ ਚਲੇ ਆ ਰਹੇ ਹੈ ਅਤੇ ਉਹਨੂੰ ਰੀਤੀ ਰਿਵਾਜ ਵਿੱਚ ਵੀ ਯੂਜ਼ ਕਰਦੇ ਹੈ ਅਤੇ ਲੋਕ ਉਹਨੂੰ ਸੁਣਨਾ ਵੀ ਪਸੰਦ ਕਰਦੇ ਹੈ। ਜਿਵੇਂ ਤੁਹਾਨੂੰ ਲੁਧਿਆਣੇ ਸ਼ਿਫਟ ਹੋਏ ਨੂੰ ਕਿੰਨੇ ਟਾਈਮ ਹੋ ਗਿਆ? 4 ਸਾਲ। ਜਿਵੇਂ ਲੁਧਿਆਣਾ ਕਿਸ ਚੀਜ਼ ਲਈ ਫੇਮਸ ਆ, ਜਿਸ ਲਈ ਮੇਨ ਲੁਧਿਆਣਾ ਵਰਲਡ ਵਾਈਡ ਜਾਣਿਆ ਜਾਂਦਾ, ਉਹ ਕੀ ਚੀਜ਼ ਆ ਲੁਧਿਆਣੇ ਦੇ ਵਿੱਚ? ਲੁਧਿਆਣੇ ਵਿੱਚ ਇੰਡਸਟਰੀਜ਼ ਬਹੁਤ ਜ਼ਿਆਦਾ ਹੈ। ਕਿਹੜੀ ਇੰਡਸਟਰੀ? ਕਲੋਥ ਦੀ ਲੈ ਲਓ, ਹਾਊਸਰੀ ਇੰਡਸਟਰੀ ਬਹੁਤ ਜ਼ਿਆਦਾ ਹੈ। ਟੈਕਸਟਾਈਲ ਇੰਡਸਟਰੀ, ਜਿਸ ਤੇ ਕਰਕੇ ਲੁਧਿਆਣਾ ਜਾਣਿਆ ਜਾਂਦਾ। ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਮੈਂ ਪੰਡਿਤ ਤੁਹਾਡੇ ਬਹੁਤ ਵਧੀਆ। ਜਿੰਨੀਆਂ ਵੀ ਇੱਥੇ ਲੇਡੀਜ਼ ਪ੍ਰੈਜ਼ੈਂਟ ਨੇ ਸਾਰੀਆਂ ਬਹੁਤ ਓਨੈਸਟ ਨੇ, ਜਿੰਨੀਆਂ ਵੀ ਹੁਣ ਤੱਕ ਆਈਆਂ, ਐਂਡ ਸਪੈਸ਼ਲੀ ਪਿੱਛੇ ਕੁੜੀਆਂ, ਇੱਕ ਦੋ ਜਿੰਨੀਆਂ ਵੀ ਲੇਡੀਜ਼ ਆਈਆਂ, ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਹਸਬੈਂਡ ਦਾ ਨਾਮ ਐਨਲਾਈਟਿਡ ਕੀਤਾ, ਹੈ ਨਾ, ਜਿਹੜੀ ਕਿ ਬਹੁਤ ਵਧੀਆ ਗੱਲ ਹੈ। ਹਸਬੈਂਡ ਦੇ ਨਾਮ ਨੂੰ ਅੱਗੇ ਲੈ ਕੇ ਆ ਰਹੀਆਂ, ਮਾਂ ਪਿਓ ਦੇ ਨਾਮ ਤੋਂ ਪਹਿਲਾਂ ਵੀ ਹਸਬੈਂਡ ਦਾ ਨਾਮ ਲਿੱਤਾ, ਸੋ ਮੇਰੇ ਵੱਲੋਂ ਬਿਗ ਕੰਗਰੈਚੁਲੇਸ਼ਨ ਟੂ ਆਲ ਦੀ ਲੇਡੀਜ਼ ਪ੍ਰੈਜ਼ੈਂਟ ਹੋ ਗਏ। ਥੈਂਕ ਯੂ ਸੋ ਮਚ। ਗੌਰਵ ਜੀ, ਤੁਸੀਂ ਆ ਬੜੀ ਸੋਹਣੀ ਗੱਲ ਕੀਤੀ ਕਿ ਬਹੁਤ ਵਧੀਆ ਗੱਲ ਆ ਹਸਬੈਂਡ ਦੇ ਨਾਮ ਪਹਿਲਾਂ, ਤੇ ਬੁਆਇਜ਼ ਕਿਤੇ ਘਰ ਵਾਲੀ ਦਾ ਨਾਮ ਜਾ ਕੇ ਲੈਂਦੇ ਨੇ ਪਹਿਲਾਂ, ਦੱਸੋ ਮੈਨੂੰ ਤੁਸੀਂ ਸੋਹਣੀ ਗੱਲ ਕਿਉਂ ਨਹੀਂ ਕਰਦੇ ਮੁੰਡੇ? ਫਿਰ ਅਸੀਂ ਕਰਦੇ ਆ, ਸਾਡੇ ਵਿਆਹ ਨਹੀਂ ਹੋਏ ਹੈਗੇ, ਵਿਆਹ ਹੋ ਰਿਹਾ। ਨਹੀਂ ਮਤਲਬ ਇਹ ਥੋੜੀ ਗੱਲ ਨਹੀਂ, ਤੁਸੀਂ ਬਾਕੀ ਬੁਆਇਜ਼ ਬਾਰੇ ਸੋਚੋ, ਉਹ ਕਿਉਂ ਪਹਿਲਾਂ ਉਹ ਕਹਿੰਦੇ ਨੇ ਜੀ ਮੈਂ ਮੈਰਿਡ ਨੇ ਅਨਾਉਂਸਮੈਂਟ ਕਰ ਰਹੇ ਨੇ ਕਿ ਕੱਲ ਨੂੰ ਜਦੋਂ ਸਾਡੀ ਵਾਈਫਸ ਆਣਗੀਆਂ ਵੀ ਹਮੇਸ਼ਾ ਪਹਿਲਾਂ ਸਾਡਾ ਨਾਮ ਲੈਣ, ਉਹ ਪਹਿਲਾਂ ਕਰ ਰਹੇ ਨੇ। ਠੀਕ ਹੈ, ਮੈਂ ਸਹੀ ਸਮਾਂਗੇ ਚਲੋ। ਹਾਂਜੀ, ਨੈਕਸਟ ਨੇ ਅਮਨਦੀਪ ਕੌਰ।